ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਸਵੰਤ ਸਿੰਘ ਜੱਸਾ ਦੇ ਪਰਿਵਾਰ ਵੱਲੋਂ ਸਿੱਖ ਸੰਗਤ ਦੇ ਇੱਕ ਜਥੇ ਨੂੰ ਬਦਰਪੁਰ ਦਿੱਲੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਨਾਨਕ ਮੱਤਾ ਗੁਰਦੁਆਰਾ ਰੀਠਾ ਸਾਹਿਬ ਦੇ ਦਰਸ਼ਨ ਕਰਾਏ ਗਏ। ਜਥੇ ਦੀ ਰਵਾਨਗੀ ਮੌਕੇ ਕਮੇਟੀ ਮੈਂਬਰ ਹਰਜੀਤ ਸਿੰਘ ਜੀ ਕੇ ਵੀ ਮੌਜੂਦ ਰਹੇ। ਦਿੱਲੀ ਕਮੇਟੀ ਵੱਲੋਂ ਮੈਂ ਸਾਡਾ ਸਹਿਯੋਗ ਹਮੇਸ਼ਾ ਰਿਹਾ, ਜਿੱਦਾਂ ਹੁਕਮ ਕਰਦੇ ਰਹੇ ਨੇ ਜੱਸਾ ਭਾਅ ਜੀ, ਅਸੀਂ ਉੱਦਾਂ ਨਾਲ ਕਰਦੇ ਰਹੇ ਹਾਂ। ਔਰ ਸੰਗਤ ਦਾ ਵੀ ਉਤਸ਼ਾਹ ਅੱਗੇ ਨੂੰ ਵੱਧਦਾ ਜਾ ਰਿਹਾ ਹੈਗਾ। ਸੰਗਤ ਨੂੰ, ਤੁਹਾਨੂੰ ਸਾਰਿਆਂ ਨੂੰ, ਗੁਰੂ ਚੜ੍ਹਦੀ ਕਲਾ ਟਾਈਮ ਟੀ ਵੀ ਜਿਹੜੇ ਵੀ ਚੈਨਲ ਹੈਗੇ ਆ, ਸਾਰੇ ਚੈਨਲਾਂ ਨੂੰ ਬਹੁਤ ਧੰਨਵਾਦ ਕਰਾਂਗਾ। ਸਾਰੀ ਸੰਗਤ ਦਾ ਸਹਿਯੋਗ ਸਾਡੇ ਨਾਲ ਹਮੇਸ਼ਾ ਰਿਹਾ ਆ, ਅਤੇ ਮੈਂ ਸੰਗਤ ਦਾ ਧੰਨਵਾਦ ਵੀ ਕਰਦਾ ਅਤੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ, ਜਿਹੜਾ ਸਾਡਾ ਜਿੱਥੇ ਵੀ ਅਸੀਂ ਕਹੀਏ ਉੱਥੇ ਸਹਿਯੋਗ ਸਾਡਾ ਦਿੰਦੇ ਆ। ਅਤੇ ਮੈਂ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਹੂੰ, ਹਰਜੀਤ ਸਿੰਘ ਜੀ ਕੇ ਨੂੰ ਵੀ, ਸਿਰਸਾ ਸਾਹਿਬ ਨੂੰ, ਸਭ ਨੂੰ ਵਧਾਈ ਦਾ ਪਾਤਰ ਸਮਝਦਾ ਕਿ ਉਹਨਾਂ ਨੇ ਬੜਾ ਸਾਡਾ ਸਹਿਯੋਗ ਹਰ ਜਗ੍ਹਾ ਯਾਤਰਾ ਦਿੱਤਾ ਹੈ।